ਸਵਰੀ ਦਾਉ ਜੂ ਸਾਂਝ ਸੁਬੇ ਨਿਵਾਜ ਗੁਜਾਰੀ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕਪ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਝਵਾਨ ਦਰਸ਼ਕੋ, ਅੱਜ ਅਸੀਂ ਤੁਹਾਡੇ ਸਨਮੁਖ ਸ਼ੇਖ ਫਰੀਦ ਜੀ ਦੀ ਪਵਿੱਤਰ ਨਗਰੀ ਫਰੀਦਕੋਟ ਦੀ ਇੱਕ ਗੌਰਵਮਈ ਸ਼ਖਸੀਅਤ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੇ ਜੀਵਨ ਦਾ ਫਿਲਮਾਂਕਣ ਪੇਸ਼ ਕਰ ਰਹੇ ਹਾਂ। ਖਾਲਸਾ ਜੀ ਨੇ ਆਪਣਾ ਜੀਵਨ ਇੱਕ ਪ੍ਰਸਿੱਧ ਅਤੇ ਸਫਲ ਫੌਜਦਾਰੀ ਵਕੀਲ ਵਜੋਂ ਸ਼ੁਰੂ ਕੀਤਾ, ਪਰ ਆਪਣੀ ਧਰਮ ਪਤਨੀ ਸਰਦਾਰਨੀ ਕੁਲਵੰਤ ਕੌਰ ਦੀ ਪ੍ਰੇਰਨਾ ਅਤੇ ਬਾਬਾ ਫਰੀਦ ਜੀ ਦੇ ਰਹਿਮੋ ਕਰਮ ਸਦਕਾ ਆਪ ਧਰਮ ਅਤੇ ਅਧਿਆਤਮਵਾਦ ਦੇ ਖੇਤਰ ਵੱਲ ਪਰਤ ਆਏ। ਬਾਬਾ ਫਰੀਦ ਜੀ ਦੇ ਰੂਹਾਨੀ ਸੰਦੇਸ਼ ਨੂੰ ਪੂਰੀ ਦੁਨੀਆ ਵਿੱਚ ਫੈਲਾਉਣ ਅਤੇ ਧਾਰਮਿਕ ਸਦਭਾਵਨਾ ਦਾ ਪ੍ਰਚਾਰ ਕਰਨ ਵਿੱਚ ਆਪ ਨੇ ਆਪਣਾ ਪੂਰਾ ਜੀਵਨ ਸਮਰਪਿਤ ਕਰ ਰੱਖਿਆ ਹੈ। ਆਪ ਅਕਸਰ ਕਿਹਾ ਕਰਦੇ ਹਨ, ਹਿੰਦੂ ਨਾ ਮੁਸਲਿਮ, ਮੇਰਾ ਮਤਲਬ ਹੈ ਮੁਹੱਬਤ, ਸਤਿ ਸ਼ੁਕਰ ਕਿ ਹਰ ਹਾਲ ਮੇਂ ਇਨਸਾਨ। ਖਾਲਸਾ ਜੀ ਦੀ ਪੰਜਾਬ ਦੀ ਰਾਜਨੀਤੀ ਵਿੱਚ ਵੀ ਕਾਫੀ ਦਿਲਚਸਪੀ ਰਹੀ। ਫਰੀਦਕੋਟ ਦੇ ਹਰ ਰਾਜਸੀ ਆਗੂ ਨਾਲ ਆਪ ਦੇ ਕਰੀਬੀ ਸੰਬੰਧ ਰਹੇ ਹਨ। ਦ੍ਰਿੜਤਾ ਅਤੇ ਸਾਫ ਗੋਈ ਨੂੰ ਹਰ ਕੋਈ ਪਸੰਦ ਕਰਦਾ ਹੈ। ਭਾਰਤ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਆਪ ਨੂੰ ਸਰਗਰਮ ਰਾਜਨੀਤੀ ਵਿੱਚ ਲਿਆਉਣਾ ਚਾਹੁੰਦੇ ਸਨ। ਆਪ ਨੇ ਕਈ ਵਾਰ ਖਾਲਸਾ ਜੀ ਨਾਲ ਮਿਲਣੀਆਂ ਕੀਤੀਆਂ, ਪਰ ਕੁਦਰਤ ਆਪ ਨੂੰ ਰਾਜਨੇਤਾ ਦੀ ਬਜਾਏ ਇੱਕ ਧਾਰਮਿਕ ਅਤੇ ਸਮਾਜ ਸੇਵੀ ਵਿਅਕਤੀ ਵਜੋਂ ਵੇਖਣਾ ਚਾਹੁੰਦੀ ਸੀ, ਅਤੇ ਆਖਰ ਇਸੇ ਤਰ੍ਹਾਂ ਹੋਇਆ। ਸਰਦਾਰ ਸਾਹਿਬ ਭਗਤ ਪੂਰਨ ਸਿੰਘ ਦੀ ਨਿਰਸਵਾਰਥ ਸੇਵਾ ਤੋਂ ਬਹੁਤ ਮੁਤਾਸਿਰ ਸਨ। ਭਗਤ ਜੀ ਨਾਲ ਆਪ ਦੀ ਪਹਿਲੀ ਮਿਲਣੀ ਸਮੇਂ ਆਪ ਦੀ ਸਰਦਾਰਨੀ ਕੁਲਵੰਤ ਕੌਰ ਜੀ ਵੀ ਹਾਜ਼ਰ ਸਨ। ਭਗਤ ਪੂਰਨ ਸਿੰਘ ਤੋਂ ਆਪ ਨੇ ਬਹੁਤ ਪ੍ਰੇਰਨਾ ਲਈ। ਇਸੇ ਲਈ ਦੀਨ ਦੁਖੀਆਂ ਦੀ ਸੇਵਾ ਲਈ ਆਪ ਸਦੈਵ ਤਤਪਰ ਰਹਿੰਦੇ ਹਨ। ਸਰਦਾਰ ਇੰਦਰਜੀਤ ਸਿੰਘ ਖਾਲਸਾ ਫਰੀਦਕੋਟ ਰਿਆਸਤ ਦੀ ਆਨ ਅਤੇ ਸ਼ਾਨ ਹਨ। ਅੱਜ 92 ਵਰਿਆਂ ਦੀ ਉਮਰ ਵਿੱਚ ਵੀ ਆਪ ਗਰੀਬਾਂ ਅਤੇ ਮਜ਼ਲੂਮਾਂ ਦੀ ਮਦਦ ਲਈ ਹਰ ਵਕਤ ਤਿਆਰ ਰਹਿੰਦੇ ਹਨ। ਸਿੱਦਕ, ਦ੍ਰਿੜਤਾ, ਸਵੈਮਾਨ ਅਤੇ ਸਾਫ ਗੋਈ ਆਪ ਦੀ ਸ਼ਖਸੀਅਤ ਦੇ ਕੇਂਦਰੀ ਪਹਿਲੂ ਹਨ। ਪਰਮਾਤਮਾ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਪੰਜਾਬੀਆਂ ਦੇ ਸਿਰਾਂ ਉੱਪਰ ਇਹਨਾਂ ਦਾ ਮਿਹਰ ਭਰਿਆ ਹੱਥ ਬਣਿਆ ਰਹੇ। ਆਪ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਇਨਸਾਨ ਹਨ। ਆਪ ਕਿਹਾ ਕਰਦੇ ਹਨ, ਗੁਲਸ਼ਨ ਪ੍ਰਸਤ ਹੂੰ, ਮੁਝੇ ਗੁਲ ਹੀ ਨਹੀਂ ਅਜੀਜ਼, ਕਾਂਟੋਂ ਸੇ ਵੀ ਨਿਬਾਹ ਕੀਏ ਜਾ ਰਹਾ ਹੂੰ ਮੈਂ। ਇਹ ਫਿਲਮ ਫਰੀਦਕੋਟ ਦੇ ਇੱਕ ਸੂਝਵਾਨ ਨਿਰਮਾਤਾ ਨਿਰਦੇਸ਼ਕ ਸ੍ਰੀ ਸਰਬਜੀਤ ਸਿੰਘ ਟੀਟੂ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਕ੍ਰਿਸ਼ਮਾ ਹੈ। ਆਓ ਵੇਖਦੇ ਹਾਂ, SS ਫਿਲਮ ਪ੍ਰੋਡਕਸ਼ਨ ਦੁਆਰਾ ਨਿਰਮਾਣ ਕੀਤੀ ਇਹ ਫਿਲਮ ਸੱਚਾਈ ਅਤੇ ਸਵੈਮਾਨ ਦਾ ਪਹਿਰੇਦਾਰ ਸਰਦਾਰ ਇੰਦਰਜੀਤ ਸਿੰਘ ਖਾਲਸਾ। अपने प्रीतम कहो, अपने प्रीतम कहो, बिर है जाली तू कित गुण काली, तू कित गुण काली, काली कोयल तू कित गुण काली, काली कोयल तू कित गुण काली, कित गुण काली,
तुकत गुण काले काले कोयल तू कित गुण काले काले कोयल तू कित गुण काले ਲਾਲ ਸਿਆਂ ਪਰਮਾਤਮਾ ਨੇ ਕਰੀ ਵਧੀਆ ਸੁਣ ਲਈ। ਹੋਰ ਵੀ ਤੇਜਿਆ ਘਰ ਪੂਰਾ ਠੀਕ ਹੈ? ਹਾਂ ਹਾਂ ਲਾਲ ਸਿਆਂ, ਕਾਟੋ ਫੁੱਲਾਂ ਤੇ ਖੇਡਦੀ ਆ। ਵੇ ਭਾਈ ਲਾਲ ਸਿਆਂ, ਤੈਨੂੰ ਵਧਾਈਆਂ ਹੋਣ। ਬਸੰਤ ਕੋਰੇ, ਤੈਨੂੰ ਵੀ ਸਦਾ ਵਧਾਈਆਂ, ਪਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ। ਅੰਦਰੋਂ ਭੇਲੀ ਤੇ ਲੀੜਾ ਕੱਪੜਾ ਲੈ ਕੇ ਜਾਈ। ਤੁਸੀਂ ਵੀ ਮੂੰਹ ਮਿੱਠਾ ਕਰੋ ਬਾਈ ਜੀ। ਮੂੰਹ ਮਿੱਠਾ ਮੈਂ ਵੀ ਕਰਦਾ, ਤੂੰ ਵੀ ਆਪਣਾ ਮੂੰਹ ਮਿੱਠਾ ਕਰਕੇ ਲਿਆ। ਲਓ ਵੀ ਲਓ, ਲਿਆਓ। ਉਹ ਲੈ ਵੀ ਮਸੇਰਾ, ਤੂੰ ਕਿਵੇਂ ਪਾਉਂਦਾ ਨੇ ਬੇਟਾ, ਤੂੰ ਹੀ ਕਰ ਮੂੰਹ ਮਿੱਠਾ। ਲਓ ਵੀ ਲਓ, ਹੁਣ ਸਾਰਾ ਹੀ ਖਾ ਲਓ। ਦੇਖ ਪੁੱਤ, ਸਕੂਲ ਜਾਣਾ ਤੂੰ? ਮੈਂ ਨਹੀਂ ਜਾਣਾ। ਕਿਉਂ ਨਹੀਂ ਜਾਣਾ ਸਕੂਲ? ਤੂੰ ਸਕੂਲ ਜਾਣਾ? ਮੈਂ ਨਹੀਂ ਜਾਣਾ। ਓਹੋ, ਨਾਲੇ ਦੇਖ ਆਪਣੇ ਕੱਪੜਿਆਂ ਤੇ ਬਾਲਾਂ ਦਾ ਕੀ ਹਾਲ ਕੀਤਾ ਹੈ। ਸਕੂਲ ਜਾਣਾ? ਬੇ ਬਾਗੜੀ, ਕਿੱਥੇ ਮਰ ਗਿਆ? ਆਇਆ ਬੀਬੀ ਜੀ। ਦੇਖ ਪੁੱਤ, ਪੜ੍ਹ ਲਿਖ ਕੇ ਵੱਡਾ ਅਫਸਰ ਲੱਗ ਜਾਏਗਾ ਤਾਇਆ ਜੀ ਵਾਂਗੂ, ਠੀਕ ਹੈ ਨਾ? ਮੈਂ ਤੇਰੇ ਝੋਲੇ ਵਿੱਚ ਫੱਟੀ ਵੀ ਪਾਤੀ, ਕੈਦਾ ਵੀ ਪਾਤਾ, ਦਵਾਤ ਵੀ ਪਾਤੀ, ਕਲਮ ਵੀ ਪਾਤੀ, ਠੀਕ? ਹੁਣ ਤੂੰ ਮੇਰਾ ਪੁੱਤ ਸਕੂਲ ਜਾ, ਬਹੁਤ ਚੰਗਾ ਪੁੱਤ ਮੇਰਾ, ਚੱਲ। ਬੀਬੀ ਜੀ, ਮੈਨੂੰ ਨੀ ਲੱਗਦਾ ਨੇ ਪੜ੍ਹਨਾ। ਵੇ ਜੈ ਵੱਡਿਆ, ਜੇ ਤੇਰੀ ਸ਼ਕਲ ਨੀ ਚੱਜਦੀ, ਗੱਲ ਤਾਂ ਚੱਜਦੀ ਕਰ ਲਾ। ਕਿਉਂ ਨੀ ਜਾਣਾ ਮੇਰੇ ਪੁੱਤ ਨੇ ਸਕੂਲ? ਮੇਰਾ ਪੁੱਤ ਸਕੂਲੇ ਜਾਊਗਾ, ਪੜੂਗਾ, ਤਾਇਆ ਜੀ ਵਾਂਗੂ ਅਫਸਰ ਲੱਗੂਗਾ। ਤੂੰ ਆਪਣਾ ਬਥੇੜਾ ਜਿਹਾ ਬੰਦ ਰੱਖ ਤੇ ਲੈ ਜਾ ਮੇਰੇ ਪੁੱਤ ਨੂੰ ਸਕੂਲ। ਠੀਕ ਆ ਬੀਬੀ ਜੀ। ਕਿਉਂ ਗੁਰਦੀਪ, ਕਰੇ ਜਵਾਕ ਨੂੰ ਝੜਕੀ ਜਾਣੀ, ਨਾਲੇ ਬਾਗੜੀ ਨੂੰ ਝੜਕੀ ਜਾਣੀ? ਨਹੀਂ ਪੜਦਾ ਨਾ ਪੜਦੇ ਪਰਵਾਹ ਨਾ ਕਰ ਇਸ ਗੱਲ ਦੀ। ਨਾਲੇ ਗੱਲ ਸੁਣ, ਬਥੇਰੀ ਜ਼ਮੀਨ ਆ ਸਾਡੇ ਕੋਲੇ, ਸਾਰੀ ਉਮਰ ਪੜਨ ਦੀ ਪਈ ਇਹਦੀ। ਬਾਗੜੀ, ਧਿਆਨ ਨਾਲ ਲੈ ਕੇ ਜਾਈ ਇਹਨੂੰ। ਠੀਕ ਆ ਬੀਬੀ ਜੀ। ਮੈਂ ਕਿਹਾ ਜੀ, ਤੁਸੀਂ ਮੇਰੇ ਤੇ ਮੇਰੇ ਪੁੱਤ ਦੀ ਲੜਾਈ ਵਿੱਚ ਨਾ ਹੀ ਆਇਆ ਕਰੋ ਤਾਂ ਚੰਗਾ। ਕਿਉਂ ਨਾ ਆਵਾਂ ਤੁਹਾਡੀ ਲੜਾਈ ਵਿੱਚ? ਬਸ ਮੈਂ ਤੁਹਾਨੂੰ ਕਹਿ ਦਿੱਤਾ ਨਾ, ਤੁਹਾਡੇ ਦਾ ਲੋਹ ਪੀ ਜਾਣੀ ਹਰ ਵਕਤ, ਜਦੋਂ ਵੇਖ ਲਓ ਤੇਰਾ ਇਹੀ ਹਾਲ ਹੈ। ਲੈ ਨਲੀ ਤੋਤਲਾ, ਅੱਜ ਆਊਗਾ ਸਵਾਦ ਖੇਡਣ ਦਾ। ਸੋਹਣਾ ਫਿਰਨੇ ਆਇਆ, ਮੈਨੂੰ ਨਲੀ ਤੋਤਲਾ ਅੱਜ ਮੈਂ ਫੜਿਆ ਜਾਂਦਾ। ਆਏ ਨਹੀਂ, ਮੈਂ ਫੜਿਆ ਜਾਂਦਾ। ਉਹ ਨਲੀ ਤੋਤਲਾ ਫੜ ਕੇ ਵਿਖਾ ਮੈਨੂੰ ਵੀ ਉਹ ਆਇਆ ਕਦੂ। ਬਾਗੜੀਆ, ਆ ਗਿਆ ਮੇਰਾ ਸਕੂਲ। ਸਰਦਾਰ ਜੀ, ਕਿਉਂ ਇਹਨਾਂ ਆਜੜੀਆਂ ਨਾਲ ਖੇਡ ਕੇ ਤੁਸੀਂ ਆਪਣਾ ਵਕਤ ਖਰਾਬ ਕਰਦੇ? ਓਏ ਆਜੜੀ ਨਹੀਂ, ਇਹ ਤਾਂ ਮੇਰੇ ਮਿੱਤਰ ਨੇ ਮਿੱਤਰ। ਚੱਲ ਹੁਣ ਮੈਨੂੰ ਥੱਲੇ ਤਾਰ। ਲਓ ਸਰਦਾਰ ਜੀ। ਓ ਕੋਡੂ, ਤੈਨੂੰ ਡੀਕਦੇ ਸੀ। ਮਾਰਿਆ ਤੂੰ ਵੀ ਉੱਤੇ ਹੀ ਆ ਇੱਥੇ। ਅੱਜ ਤਾਂ ਚੜੇਣੀ ਆ ਯਾਰ, ਕੀ ਗੱਲ ਹੋ ਗਈ ਯਾਰ? ਉਹ ਫਿਰਨੇ ਆ, ਮੈਨੂੰ ਵੀ ਜਲਦੀ ਜਲਦੀ ਖਿੱਚ, ਨਹੀਂ ਤੇ ਆ ਗਿਆ ਮਗਰੇ ਇਹ। ਆਇਆ ਆਇਆ, ਮੈਨੂੰ ਫੜ ਕੇ ਦਿਖਾ।
ਦੀ ਛੁੱਟੀ ਹੋਏ ਚੱਲ ਬਾਗੜੀਏ ਪਰ ਚੱਲੀਏ ਬਾਗੜੀ ਜਲਦੀ ਕਰ ਮੈਨੂੰ ਭੁੱਖ ਬਹੁਤ ਲੱਗੀ ਲੋ ਸਰਦਾਰ ਜੀ ਉਹ ਬਾਗੜੀ ਮੈਂ ਸੁਣਿਆ ਘਰ ਛੁੱਟੀ ਆ ਕੱਲ ਖੇਡਣ ਕਿਹੜੇ ਬਹਾਨੇ ਆਵਾਂਗੇ ਮੈਨੂੰ ਲੱਗਦਾ ਸਰਦਾਰ ਜੀ ਆਪਾਂ ਦੋਨੇ ਘਰੋਂ ਸਿੱਤਰ ਖਾਵਾਂਗੇ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਵੀ ਜਿੱਤਿਆ ਕਿਵੇਂ ਆਉਣੇ ਹੋਏ ਮੈਂ ਤਾਂ ਕਰਜ਼ ਲੈ ਕੇ ਆਇਆ ਜੀ ਛੋਟੀ ਜੀ ਹਾਂ ਹਾਂ ਦੱਸ ਘਬਰਾਉਣ ਵਾਲੀ ਕਿਹੜੀ ਗੱਲ ਆ ਯਾਰ ਪਿਛਲੇ ਸਾਲ ਮੇਰੀ ਸਾਰੀ ਜ਼ਮੀਨ ਸੋਕੇ ਨੇ ਮਾਰ ਲਈ ਸੀਗੀ ਅੱਛਾ ਤੇ ਮੂੰਹ ਖੁਰ ਦੀ ਬਿਮਾਰੀ ਨੇ ਐਤਕੀ ਮੇਰਾ ਬਲਦ ਲੈ ਲਿਆ ਓਹੋ ਹੋ ਬਹੁਤ ਮਾੜਾ ਹੋਇਆ ਤਾਂ ਯਾਰ ਦੱਸ ਮੈਂ ਤੇਰੇ ਵਾਸਤੇ ਕੀ ਕਰ ਸਕਦਾ ਜੇ ਹੋ ਸਕੇ ਤਾਂ 3 ਦਿਨਾਂ ਵਾਸਤੇ ਆਪਦਾ ਬਲਦ ਧਾਰਾ ਦੇ ਦਿਓ ਜੀ ਐਵੇਂ ਕੋਈ ਪੁਰਾ ਕਰਦਾ ਸੰਜੂ ਯਾਰ ਨਾ 2 ਬਲਦ ਖੜੇ ਲੈ ਜਾ ਯਾਰ ਗੱਲ ਆ ਕੋਈ ਨਾਲੇ ਗੁਆਂਢੀ ਆ ਸਾਡਾ ਜਿੱਤਿਆ ਤੂੰ ਕੋਰਟ ਕਚਹਿਰੀ ਦੇ ਕੰਮਾਂ ਤੋਂ ਵਿਹਲ ਹੀ ਨੀ ਮਿਲਦਾ ਛੱਡ ਯਾਰ ਕੋਰਟ ਕਚਹਿਰੀਆਂ ਨੂੰ ਸਾਰੀ ਦਿਹਾੜੀ ਉੱਥੇ ਬੈਠਾ ਰਹਿਣਾ ਤੇਰੀ ਸ਼ੇਰ ਸ਼ਾਇਰੀ ਦੱਸ ਕਿਵੇਂ ਚੱਲਦੀ ਹੈ ਲੈ ਹੁਣੇ ਸੁਣਾ ਦਿੰਨੇ ਆ ਸ਼ਾਇਕ ਮੇਰੇ ਅਸ਼ਿਆਰ ਹੈ ਅਨਵਾਰ ਦਰ ਅਨਵਾਰ ਕਿ ਹਰ ਲਫ਼ਜ਼ ਕੇ ਪਰਦੇ ਮੇ ਕੋਈ ਝਾਂਕ ਰਹਾ ਹੈ ਜਾਗ ਰਹਾ ਹੈ ਭਾਬੀ ਦੀ ਗੱਲ ਕਰਦਾ ਯਾਰ ਤੂੰ ਉਹ ਭਾਬੀ ਭਾਬੀ ਤੇਰੀ ਠੀਕ ਠਾਕ ਹੈ ਵੀਦਾ ਮਾਰਦੀ ਹੈ ਛਾਲਾ ਉਹ ਤਾਂ ਮੇਰੀ ਭਤੀਜੀ ਟਿੱਲੀ ਦਾ ਕੀ ਹਾਲ ਹੈ ਤੇਰੀ ਭਤੀਜੀ ਟਿੱਲੀ ਵਾਹਿਗੁਰੂ ਪਰਮਾਤਮਾ ਦੇ ਸ਼ੁਕਰ ਨਾਲ ਸਭ ਠੀਕ ਹੈ ਪਰ ਤੇਰੀ ਭਤੀਜੀ ਟਿੱਲੀ ਐਡੀ ਸਾਰੀ ਹੋ ਗਈ ਹੁਣ ਐਡੀ ਸਾਰੀ ਜਵਾਨ ਹੋ ਗਈ ਸਾਡੀ ਦੀ ਜਵਾਨ ਬਾਗੜੀ ਜੇ ਦੀ ਆਏ ਉਹ ਵਕੀਲ ਭਰਾ ਆਇਆ ਮੇਰਾ ਛੇਦੀ ਕਰ ਨਾਲੇ ਚਾਦਰ ਚੁਦਰ ਵਿਛਾ ਨਾਲੇ ਸ਼ਰਬਤ ਲੈ ਕੇ ਆ ਛੇਦੀ ਕਰ ਲਾਲਸਿਆ ਕੱਲ ਸੀ ਸ਼ਨੀਵਾਰ ਕੱਲ ਵੀ ਛੁੱਟੀ ਹੁਣ ਯਾਰ ਜਾਣ ਨੀ ਜਾਣਾ ਤੈਨੂੰ ਹਾਂ ਜਾਣੇ ਕਿੱਥੇ ਐ 2 ਦਿਨ ਇੱਥੇ ਹੀ ਲਾਉਣੇ ਆ ਮੈਂ ਅੱਛਾ ਪਰਸੋਂ ਐਤਵਾਰ ਪਰਸੋਂ ਵੀ ਛੁੱਟੀ ਮੈਂ ਕਿਹਾ ਪਿੰਡ ਚੱਲਦੇ ਆ ਬਾਪੂ ਜੀ ਨੂੰ ਮਿਲ ਕੇ ਆਉਂਦੇ ਆ ਨਾਲੇ ਕੋਡੋ ਦਾ ਹਾਲ ਯਾਰ ਸ਼ੁਕਰ ਆ ਬਾਪੂ ਨੂੰ ਤਾਂ ਮਿਲਣ ਲਾ ਗਿਆ ਤੂੰ ਦੇਖ ਪੁੱਤ ਤਾਇਆ ਜੀ ਆਇਆ ਉਹਨਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਰਨੀ ਆ ਚੰਗਾ ਓਏ ਆ ਪੁੱਤ ਦੇਖ ਤੈਨੂੰ ਕੌਣ ਮਿਲ ਆਇਆ ਲੈ ਆ ਗਿਆ ਆਪਣਾ ਪੁੱਤ ਕੋਡੂ ਲੈ ਉਹਦੇ ਪੁੱਤ ਇਹਨੂੰ ਵੀ ਪੜ੍ਹਾ ਲਿਖਾ ਕੇ ਆਪਾਂ ਕੋਈ ਚੰਗਾ ਅਫਸਰ ਬਣਾਵਾਂਗੇ ਪੁੱਤ ਕੋਡੂ ਵੱਡਿਆਂ ਦੇ ਪੈਰੀ ਹੱਥ ਲਾਈਦਾ ਹੁੰਦਾ ਕੋਡੋ ਪੜ੍ਹਦਾ ਹੁੰਦਾ ਆਹੋ ਬੱਚੇ ਜੀ ਆਖੀਦਾ ਹੁੰਦਾ ਸਕੂਲ ਜਾਣਾ ਆਹੋ ਕਿਹੜੀ ਕਲਾਸ ਪੜ੍ਹਦਾ ਦੱਸ ਪੁੱਤ ਐ ਕਰ ਫੱਟੀ ਲੈ ਕੇ ਆ ਜਾ ਪੁੱਤ ਲੈ ਕੇ ਆ ਅਸਲੀ ਜਾਇਦਾਦ ਆਪਣੇ ਬੱਚੇ ਹੁੰਦੇ ਆ ਤੇ ਆਪਾਂ ਬੱਚਿਆਂ ਵਾਸਤੇ ਸਾਰਾ ਕੁਛ ਕਰਦੇ ਆ ਨਾਲੇ ਕੋਡੂ ਮੇਰਾ ਲਾਡਲਾ ਪੋਤਾ ਭਾਈ ਐ ਕਰ ਇਹ ਤੇ ਮੈਨੂੰ ਲਿਖ ਕੇ ਦਿਖਾ ਆਪ ਲਿਖ ਪੁੱਤ ਲਿਖ ਬਾਪ ਨਹੀਂ ਲਿਖਣਾ ਆਉਂਦਾ ਉਹ ਬਾਗੜੀ ਆਇਆ ਸਰਦਾਰ ਜੀ ਕੰਜਰ ਦਿਆ ਸਾਲ ਨੂੰ ਸਕੂਲ ਜਾਂਦੇ ਨੂੰ ਹੋ ਗਿਆ ਅੱਖਰ ਇਹਨੂੰ ਇੱਕ ਨਹੀਂ ਆਉਂਦਾ ਕਿੱਥੇ ਲੈ ਜਾਂਦਾ ਸੀ ਇਹਨੂੰ ਹੈ ਉਹ ਕਿੱਥੇ ਲੈ ਜਾਂਦਾ ਸੀ ਇਹਨੂੰ ਸਰਦਾਰ ਜੀ ਇਹ ਨਹੀਂ ਸਕੂਲ ਜਾਂਦਾ ਸੀ ਪਹਿਲਾਂ ਕਿਉਂ ਨਹੀਂ ਦੱਸਿਆ ਤੂੰ ਸਰਦਾਰ ਜੀ ਇਹ ਆਜੜੀਆਂ ਨਾਲ ਖੇਡਣ ਲੱਗ ਪੈਂਦੇ ਸੀ ਸਰਦਾਰ ਜੀ ਗੱਲ ਸੁਣੇ ਕੰਨ ਕੀ ਜਾਂਦਾ ਸੀ ਇਹ ਨਾ ਨਾ ਲਾਲ ਨਾ ਬੱਚੇ ਨੂੰ ਕਿਉਂ ਮਾਰਦਾ ਬੱਚੇ ਦਾ ਕੀ ਕਸੂਰ ਹੈ ਇਹ ਸਾਰਾ ਕਸੂਰ ਤੇਰਾ ਤੇਰਾ ਤੂੰ ਬੱਚੇ ਦਾ ਧਿਆਨ ਨਹੀਂ ਕੀਤਾ ਐਂ ਕਰ ਤੂੰ ਸਮਾਨ ਬਣਾ ਇਹਦਾ ਮੈਂ ਫਿਰੋਜ਼ਪੁਰ ਜਾਣਾ ਹੈ ਇਹਨੂੰ ਨਾਲ ਲੈ ਕੇ ਜਾਊਂਗਾ ਚਲ ਆ ਇਹਨੂੰ ਉੱਥੇ ਹੀ ਪੜਾਉਂਗਾ ਅੱਜ ਤੂੰ ਆਪਣੇ ਤਾਏ ਕੋਲੇ ਪੜੇਗਾ ਤੂੰ ਬੱਚੇ ਦਾ ਕੀ ਕਸੂਰ ਆ ਬੱਚੇ ਤੇ ਕਿਉਂ ਮਾਰਿਆ ਦੀਪ ਕਰੇ ਤਿਆਰ ਕਰ ਇਹਨੂੰ ਬੰਨ ਦਾ ਸਮਾਨ ਸੱਪਾ ਲੈ ਕੇ ਜਾਊਗਾ ਉਹਦੇ ਸਿੰਘ ਨਾਲ ਇਹਨੂੰ ਇਹਨੂੰ ਨਾਲ ਭੇਜਣਾ ਇਹਦੇ ਤਾਏ ਦੇ ਉੱਥੇ ਹੀ ਪੜੂਗਾ ਨਾ ਨਾ ਮੈਂ ਨਹੀਂ ਪੁੱਤ ਨੂੰ ਕਰਨਾ ਨਾ ਨਾ ਦੀਪ ਕਰੇ ਜਿੱਦ ਨਹੀਂ ਕਰੀਦੀ ਨਾ ਨਾ ਮੈਂ ਨਹੀਂ ਗੱਲ ਕਹੀ ਜਾ ਰਹੀ ਉਸ ਤੇ ਅਸਰ ਕਰ ਪੁੱਤ ਜਾਣਾ ਚਾਹਣਾ ਤਾਏ ਨਾ ਮੈਂ ਨਹੀਂ ਭੇਜਣਾ ਤੈਨੂੰ ਮੇਰਾ ਸੋਹਣਾ ਪੁੱਤ ਮੇਰਾ ਲਾਲ ਤੂੰ ਮੇਰੇ ਕੋਲ ਰਹਿਣਾ ਨਾ ਹਾਂ ਮੈਂ ਨਹੀਂ ਭੇਜਣਾ ਕਿਤੇ ਤੈਨੂੰ ਕਿਵੇਂ ਦੂਰ ਕਰ ਦੂੰਗੀ ਤੈਨੂੰ ਆਪਣੇ ਤੋਂ
ਕੁਲਦੀਪ ਕਰੇ ਛੱਡ ਦੇ ਕੁੱਟ ਦੀ ਬਾਹ ਇਹ ਮੇਰੇ ਆਪਣੇ ਨੇ ਮੈਂ ਕਿਹੜਾ ਨੂੰ ਪੁੱਛ ਨਹੀਂ ਲਿਆ ਨਾਲੇ ਤੂੰ ਹਮੇਸ਼ਾ ਕਹਿੰਦੀ ਸੀ ਮੈਂ ਉਹਨੂੰ ਪੜ੍ਹਾਉਣਾ ਹੈ ਪੜ੍ਹਾ ਕੇ ਅਫਸਰ ਬਣਾਉਣਾ ਹੁਣ ਬਿਨਾਂ ਗੱਲ ਤੋਂ ਟੈ ਟੈ ਨਾ ਲਾਈ ਆ ਖਬਰਦਾਰ ਜੋ ਪਿੱਛੇ ਆਈ ਤਾਂ ਚੰਗਾ ਭਰਾ ਵਕੀਲ ਮੈਂ ਵੀ ਜਲਦੀ ਗੇੜਾ ਮਾਰੂੰ ਆ ਜਾਓ ਚਲੋ ਬਾਗੜੀ ਗੁਰਦੀਪ ਦੀ ਵਿਚਾਰੀ ਕੋਠੇ ਤੇ ਖੜੀ ਆ ਜੀ ਆ ਗਏ ਆ ਮੇਰਾ ਟਿੱਲੀ ਪੁੱਤ ਠੀਕ ਹੈ ਪੁੱਤ ਠੀਕ ਹੈ ਦਾਦਾ ਜੀ ਇਹ ਕੌਣ ਹੈ ਇਹ ਤੇਰੇ ਚਾਚੇ ਦਾ ਪੁੱਤ ਤੇਰਾ ਵੀਰ ਕੌਡੂ ਅੱਛਾ ਇਹ ਆ ਕੌਡੂ ਹਾਂ ਪੁੱਤ ਇਹ ਆ ਕੌਡੂ ਜਾਓ ਖੇਡੋ ਪੁੱਤ ਜਾ ਵੀਰੇ ਹਾਂ ਬਾਪੂ ਜੀ ਝੋਲਾ ਮੈਨੂੰ ਦੇ ਦਿਓ ਝੂਟਾ ਲੈ ਕੇ ਆਉਂਦੇ ਆ ਨਹੀਂ ਕੌਡੋ ਤੂੰ ਆਪਣੇ ਗੰਦੇ ਪੈਰ ਤੇ ਗੰਦੇ ਕੱਪੜੇ ਤਾਂ ਦੇਖ ਤੂੰ ਨੀ ਸਾਡੇ ਨਾਲ ਜਾਣਾ ਤੈਨੂੰ ਬਿਠਾ ਕੇ ਕਾਰ ਗੰਦੀ ਕਰਨੀ ਅਹਿਸਾਨ ਕੀਤਾ ਹੈ ਪਰ ਭਾਰਤ ਸਰਕਾਰ ਨੇ ਇਹਨਾਂ ਰਜਵਾੜਿਆਂ ਦੇ ਚਮਚਿਆਂ ਨੂੰ ਜਿਵੇਂ ਕਿ ਕਰਨਲ ਰਘਬੀਰ ਸਿੰਘ ਤੇ ਹੋਰਨਾਂ ਆਦਿ ਨੂੰ ਇੱਥੋਂ ਦੇ ਮੁਖੀ ਬਣਾ ਕੇ ਸਾਡੇ ਨਾਲ ਬਹੁਤ ਧੱਕਾ ਕੀਤਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਪ੍ਰਿੰਸੀਪਲ ਸਾਹਿਬ ਤਖਸ਼ਕ ਸਾਹਿਬ ਨੂੰ ਮੁੱਖ ਮਹਿਮਾਨ ਵਜੋਂ ਲਿਆ ਰਹੇ ਨੇ ਜਿਹਦਾ ਮਤਲਬ ਹੈ ਸਾਡੇ ਮੂੰਹ ਤੇ ਸਿੱਧੀ ਚਪੇੜ ਅਸੀਂ ਆਪਣੇ ਮੂੰਹ ਤੇ ਸਿੱਧੀ ਚਪੇੜ ਜਰ ਲਾਂਗੇ ਨਹੀਂ ਅਸੀਂ ਨਹੀਂ ਜਰ ਸਕਦੇ ਇਸ ਕਰਕੇ ਆਪਾਂ ਐਨੂਅਲ ਫੰਕਸ਼ਨ ਦਾ ਬਾਈਕਾਟ ਕਰਨਾ ਹੈ ਤੁਸੀਂ ਮੇਰੇ ਨਾਲ ਹੋ ਨੇਤਾ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ ਅਸੀਂ ਐਨੂਅਲ ਫੰਕਸ਼ਨ ਦਾ ਬਾਈਕਾਟ ਕਰਾਂਗੇ ਵਿਦਿਆਰਥੀ ਏਕਤਾ ਜਿੰਦਾਬਾਦ ਵਿਦਿਆਰਥੀ ਏਕਤਾ ਜਿੰਦਾਬਾਦ ਵਿਦਿਆਰਥੀ ਏਕਤਾ ਜਿੰਦਾਬਾਦ ਵਿਦਿਆਰਥੀ ਏਕਤਾ ਜਿੰਦਾਬਾਦ ਹਾਂ ਇੰਦਰਜੀਤ ਨੇ ਤਾਂ ਕਾਲਜ ਆਉਂਦਿਆਂ ਹੀ ਹੱਥ ਚੱਕ ਲਈ ਹੈ ਖੇਖਨ ਦੇਖੋ ਇਹਦੇ ਨੇਤਾ ਜੀ ਹਾਲਤ ਬਹੁਤ ਖਰਾਬ ਹੋ ਗਈ ਹੁਣ ਕੁਛ ਕਰਨਾ ਪੈਣਾ ਮੈਨੂੰ ਦਿੱਲੀ ਜਾਣਾ ਪੈਣਾ ਇੰਦਰਾ ਜੀ ਦੇ ਥਰੂ ਪੰਡਿਤ ਜੀ ਨੂੰ ਮਿਲਦਾ ਉੱਥੇ ਹੀ ਜਾ ਕੇ ਸਾਰਾ ਮਸਲਾ ਹੱਲ ਹੋਣਾ ਨਮਸਤੇ ਮੈਮ ਸੁਗਾੜੀਆ ਸਾਹਿਬ ਕਾ ਜਹਾਜ ਲੇਟ ਹੈ ਮੁਸ਼ਕਿਲ ਸੇ ਬਸ 2 ਮਿੰਟ ਮਿਲੇ ਹੈ ਬਾਤ ਸੀਧੀ ਔਰ ਸਪਸ਼ਟ ਕਰਨਾ ਠੀਕ ਹੈ ਜੀ ਜੈ ਹਿੰਦ ਚਾਚਾ ਜਾਨ ਕਹੀਏ ਕਿਆ ਬਾਤ ਹੈ ਚਾਚਾ ਜਾਨ ਹਮ ਬੱਚੇ ਹੈ ਬੱਚੋਂ ਸੇ ਗਲਤੀ ਹੋ ਗਈ ਗਲਤੀ ਸੇ ਤਖਸ਼ਕ ਸਾਹਿਬ ਕੇ ਖਿਲਾਫ਼ ਮੁਜ਼ਾਹਰਾ ਕਰ ਬੈਠੇ ਅਬ ਸਰਕਾਰ ਟਸੇ ਮਸ ਨਹੀਂ ਹੋ ਰਹੀ ਹਮ ਕਰੇ ਤੋ ਕਿਆ ਕਰੇ 14 ਦਿਨ ਹੋ ਗਏ 2 ਸਟੂਡੈਂਟਸ ਭੂਖ ਹੜਤਾਲ ਕੇ ਕਾਰਨ ਵਹਾਂ ਪਰ ਮੌਤ ਕੇ ਮੂੰਹ ਮੇ ਬੈਠੇ ਹੈ ਹਮ ਕਰੇ ਤੋ ਕਿਆ ਕਰੇ ਅਬ ਆਪ ਹੀ ਬਤਾਈਏ ਤੁਮ ਬੱਚੋਂ ਕੇ ਹੱਥ ਮੇ ਗਾਂਧੀ ਜੀ ਕੀ ਭੂਖ ਹੜਤਾਲ ਕਾ ਹਥਿਆਰ ਕਿਆ ਗਿਆ ਆਪ ਲੋਗੋਂ ਨੇ ਤੋ ਮਜ਼ਾਕ ਹੀ ਬਣਾ ਲਿਆ ਯੈਸ ਸਰ
ठीक है जी। पीए से बोलो, मेरी कर्नल से बात कराए। जी सर। प्यारे साथियों, साडा संघर्ष रंग लिया ते साडियां मंगा सरकार वल्लियों ते प्रशासन वल्लियों मान ली गईयां हन। विद्यार्थी एकता जिंदाबाद, विद्यार्थी एकता जिंदाबाद। चाचा जी। हाँ जी। बरात ली घोड़ी तैयार है। मेरी बरात घोड़ी ते नहीं, पैदल जाऊगी। पानी वार बनने दिए माए, बन्ना बन्नी बार खड़े, सुखा सुख दीनू ए दिन आए, बन्ना बन्नी बार खड़े, पानी वार बनने दिए माए, बन्ना बन्नी बार खड़े। नी वेखता सही किवें लाली होगी। सुना भाभी। भाभी बहुत सोहनी है। ये सच्चा पातशाह मेरे घर परिवार से सदा मेर प्रयात रखे। वाहिगुरु तू दयालु है, कृपालु है, बख्शंद है, सदा इस मन बिलाद रखे। वाहिगुरु 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 वाहिगुरु। एक ओंकार श्री वाहिगुरु साहिब जी हो। ਕਾਤੀ ਵਾਉ ਮੇ ਲੱਗਈ ਪਾ ਬੰਸਰ ਮਾਈ, ਸੁਹਿੰਦਰ ਮਾਰੀ ਰੰਗ ਕਰ ਲਗੀ ਮਕਾਈ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। खेत बने गेड़ा मन चलिया। यह तो है बी दत्तन पाई है मुंह च दंद चमकई जाना, लगता वकील साहब दे व्याह च ज्यादा ही खा लिया। बी ज्यादा तो नहीं खा लिया, पर गल ए भी उत्थे खान पीन दी कमी कोई नहीं। वड्डे घरां च कोई कमी हुंदी है खान पीन दी? भाई कमी भावे कोई नहीं सी। अच्छा, ओए अपने वकील साहब दी बरात पैदल टुकी है। ए तां बड़ी वधिया रीत पाई है भी उन्होंने। लै भी बहुत सोहनी रीत पाई है, पर ए तां कुछ भी नहीं। एक गल बड़ी वखरी वेखण नूं मिली भाई, मैं आपदी सारी जिंदगी च ऐसी गल नहीं वेखी। ओए दसेंगा भी। ओए अपने वकील साहब दे जिहड़े धर्म पत्नी है, ए अपने नाल श्री गुरु ग्रंथ साहिब लैके आई। बल्ले बल्ले, ਇਹ ਤਾਂ ਧੰਨ ਭਾਗ ਆ ਵਕੀਲ ਸਾਹਿਬ ਦੇ। ਹਾਂ, ਤੇ ਸਾਰਾ ਘਰ ਬਾਰ ਸਾਂਭਣ ਤੋਂ ਪਹਿਲਾਂ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਤੇ ਅਰਦਾਸ ਕੀਤੀ। ਅੱਛਾ, ਪਰ ਵਕੀਲ ਸਾਹਿਬ ਤਾਂ ਨਾਸਤਕ ਹੈ। ਓਏ ਨਾਸਤਕ ਤਾਂ ਹੈਗੇ ਆ, ਪਰ ਹੁਣ ਅਗਲੀ ਆ ਗਈ ਆ, ਆਪੇ ਆਸਤਕ ਹੋ ਜਾਣਗੇ। ਚਲ ਠੀਕ ਹੈ, ਵਾਹਿਗੁਰੂ ਵਾਹਿਗੁਰੂ। ਹੁਣ ਕੀ ਹੋ, ਕੋਈ ਦਿਸਦਾ ਵੀ ਨਹੀਂ। ਹੁਣ ਮੈਂ ਕੀ ਕਰਾਂ, ਕਿੱਧਰ ਨੂੰ ਜਾਵਾਂ, ਕੋਈ ਮਦਦ ਕਰਨ ਵਾਲਾ ਵੀ ਨਹੀਂ ਦਿਸਦਾ। ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੇਰੇ ਪਰਮਾਤਮਾ ਇਹੋ ਜਿਹੇ ਲਫੰਡਰ ਸਾਧ ਹੋਰ ਪੈਦਾ ਹੋਣਗੇ, ਮੈਂ ਇਨਸਾਫ ਲੈ ਕੇ ਰਹਾਂਗਾ। ਪਰਮਾਤਮਾ ਮੇਰੀ ਜ਼ਰੂਰ ਮਦਦ ਕਰੂਗਾ। ਬੰਤਾ ਸਿੰਘ ਕੀ ਹਾਲ ਹੈ? ਕਾਹਦੇ ਹਾਲ ਆ ਭਰਾਵਾ, ਕੀ ਹੋਇਆ, ਬੜਾ ਪਰੇਸ਼ਾਨ ਹੈ? ਪਰੇਸ਼ਾਨ ਵਰਗਾ ਪਰੇਸ਼ਾਨ। ਸੁੱਖ ਤਾਂ ਹੈ? ਸੁੱਖ ਕਾਹਦੀ ਭਰਾਵਾ, ਦੱਸਦਿਆਂ ਵੀ ਸ਼ਰਮ ਆਉਂਦੀ ਆ। ਕਰਤਾਰੇ ਸਾਧ ਨੇ ਮੱਥਾ ਟੇਕਣ ਗਈ ਮੇਰੀ ਧੀ ਨਾਲ ਪਦ ਸਲੂਕੀ ਕੀਤੀ ਆ। ਰੱਬ ਤੇ ਭਰੋਸਾ ਰੱਖ ਬੰਤਾ ਸਿਆ, ਇਹੋ ਜੇ ਸਾਧ ਦਾ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾਉਣਾ ਚਾਹੀਦਾ। ਭਰਾਵਾ ਹੋਣਾ ਤਾਂ ਇਉਂ ਹੀ ਚਾਹੀਦਾ। ਬੜਾ ਕਹਿਰ ਕੀਤਾ ਉਸਨੇ, ਕਹਿਰ ਵਰਗਾ ਕਹਿਰ। ਮੈਂ ਤਾਂ ਦਰ ਦਰ ਭਟਕਦਾ ਫਿਰਦਾ, ਕੋਈ ਹੀਆ ਹੀ ਨਹੀਂ ਕਰਦਾ ਇਸ ਸਾਧ ਨੂੰ ਫੜਨ ਦਾ। ਮੈਂ ਤੈਨੂੰ ਇੱਕ ਰਾਹ ਪਾਵਾਂ? ਹਾਂ। ਇਸ ਸ਼ਹਿਰ ਦੇ ਅੰਦਰ ਇੰਦਰਜੀਤ ਸਿੰਘ ਸੇਖੋਂ ਨਾਮ ਦਾ ਵਕੀਲ ਹੈ ਜੋ ਜ਼ਰੂਰਤਮੰਦਾਂ ਦੀ ਮਦਦ ਕਰਦਾ ਹੈ।
तू ओदे कोले जा, आपदी सारी गल दस। अच्छा, ओ जरूर तेरी मदद करूंगा। अपना सिखो वकील इंद्रजीत। सत श्री अकाल सरदार जी, मैं थोड़े को कर्ज लेके आया। आओ दसो बैठो। सरदार जी, बाबा फरीद दे डेरे दा महंत बहुत ही हंकारी ते चाल चलन दा माड़ा हो गया। टिल्ले ते आउंदियां तियां पैणा ते माड़ी निगाह रखदा। कुछ दिन पहला मैं ते मेरी ती टिल्ले ते मत्था टेकन गए ते उस पापी साध ने मेरी ती दी इज्जत नूं मैं फरियाद लेके शहर दियां सारियां राजनीतिक पार्टियां कोल गया ते जत्थेबंदियां कोल गया। किसे ने मेरी बाणी फड़ी ते हुण सरदार जी मैं तुहाडे कोल बड़ी उम्मीद लेके आया हां। मैं तेरी उम्मीद टुटन नहीं देंगा। चल बाबे फरीद दे टिल्ले ते लैने उस महंत दी खबर। ठीक है सरदार जी। सत श्री अकाल महंत जी। ठीक है ठीक है। त्या प्या जी पुछ लो भला। ओए करतार सिंह, की गल है वकीला, किवें भूसड़ा करदा है? ना तेनू कानू पता नहीं, तू जड़ियां इत्थे करतूतां करदा है। ओए रब तो डर, ओए रब तो डर, तू रब दे सत सुचे बंदे ते तू तला रहे। बकवास बंद कर, तू अपने आप नू रब दा बंदा कहौना? तू ता जानवर कहौण दे लायक नहीं। तू ऐसी उच्ची अते सुची जगह ते बैठ के लोकां दीआं धीआं नाल बदफैली करदा। की सबूत है तेरे कोले? सबूत मैं दिन्ना तेनू, मेरे नाल ओ बंदा जिस दी धी दी इज्जत ते तू हाथ पाया सी। मैं करदा? तेरे कोल 3 मिंट ने, जां ता डेरा छड्ड जा जां गोली खाण लई तैयार हो जा। वकील साहब, मैं अपने घर वाली नाल सलाह कर लवां। किते नहीं जाना, जो गल करनी है इत्थे कर, सद ला उहनूं वी इत्थे ही। ਇਤਿਹਾਸਿਕ ਦਿਹਾੜੇ ਤੇ ਤੁਹਾਨੂੰ ਫਰੀਦਕੋਟੀਆਂ ਨੂੰ ਵਧਾਈ ਪੇਸ਼ ਕਰਦਾ ਕਿ ਅੱਜ ਆਪਾਂ ਬਾਬੇ ਫਰੀਦ ਦੇ ਇਸ ਟਿੱਲੇ ਦੀ ਸੇਵਾ ਸ਼ੁਰੂ ਕਰਨ ਦੇ ਸੰਬੰਧ ਵਿੱਚ ਇਕੱਠੇ ਹੋਏ ਹਾਂ, ਜਿਸ ਵਿੱਚ ਗਰੀਬਾਂ ਦੀ ਮਦਦ ਅਤੇ ਵਿਦਿਅਕ ਅਦਾਰੇ ਆਪਾਂ ਖੋਲ੍ਹਣੇ ਆ। ਅਤੇ ਮੈਨੂੰ ਇਹ ਉਮੀਦ ਹੈ ਕਿ ਤੁਸੀਂ ਸ਼ਹਿਰ ਵਾਸੀ ਮੇਰਾ ਪੂਰਾ ਸਹਿਯੋਗ ਦਿਓਗੇ ਅਤੇ ਇਸ ਦੇ ਤਹਿਤ ਸ਼ਹਿਰ ਦੇ 94 ਬੰਦਿਆਂ ਦੀ ਇੱਕ ਇੰਤਜ਼ਾਮੀਆ ਕਮੇਟੀ ਆਪਾਂ ਬਣਾਉਣੀ ਹੈ। ਉਸ ਦੇ ਵਿੱਚ ਉਹ ਕਮੇਟੀ ਜਿਹੜਾ ਇਸ ਸਥਾਨ ਦਾ ਇੰਤਜ਼ਾਮ ਦੇਖੂਗੀ, ਜਿਸ ਦੇ ਵਿੱਚ ਅੰਮ੍ਰਿਤ ਲਾਲ ਜੀ, ਲਾਲ ਚੰਦ ਮਚਾਕੀ ਜੀ, ਸੁਤੰਤਰਤਾ ਸੰਗਰਾਮੀ ਅਮਰ ਸਿੰਘ ਸੁਖੀਜਾ ਜੀ, ਭਾਈ ਵੀਰ ਸਿੰਘ ਬਜਾਜ ਜੀ, ਸ਼੍ਰੀ ਹਰਕ੍ਰਿਸ਼ਨ ਲਾਲ ਜੈਨ ਜੀ, ਸ਼੍ਰੀ ਰਾਮ ਸਰੂਪ ਸੁਨਾਮੀਆ ਜੀ, ਸ਼੍ਰੀ ਸੁਭਾਸ਼ ਜੀ, ਸਰਦਾਰ ਰਣਜੀਤ ਸਿੰਘ ਕੋਹਲੀ ਜੀ, ਲਾਲਾ ਦਸੌਂਦੀ ਰਾਮ, ਸਰਦਾਰ ਸ਼ਹਿਬਾਜ਼ ਸਿੰਘ ਸੇਖੋਂ ਸਾਹਿਬ, ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਹਦੇ ਵਿੱਚ ਸ਼ਹਿਰ ਵਾਸੀਆਂ ਨੇ ਸਹਿਯੋਗ ਦੇਣਾ ਤੇ ਆਪਾਂ ਇੱਥੋਂ ਦੀ ਸੇਵਾ ਸ਼ੁਰੂ ਕਰਨੀ ਤੇ ਆਸ ਹੈ ਕਿ ਬਾਬਾ ਫਰੀਦ ਜੀ ਆਪਣੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਤੇ ਆਪਾਂ ਇਸ ਸ਼ਹਿਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਜਿੰਨਾ
ਪਾਣੀ ਸਹਿਣਗੇ ਦੁੱਖ ਕਣੀ ਸਹਿਣਗੇ ਦੁੱਖ ਸਰਦਾਰ ਇੰਦਰਜੀਤ ਸਿੰਘ ਖਾਲਸਾ ਦਾ ਜੀਵਨ ਇੱਕ ਖੁੱਲੀ ਕਿਤਾਬ ਵਾਂਗ ਪਾਰਦਰਸ਼ੀ ਅਤੇ ਪ੍ਰੇਰਣਾ ਭਰਪੂਰ ਹੈ। ਆਜ਼ਾਦੀ ਤੋਂ ਬਾਅਦ ਫਰੀਦਕੋਟ ਰਿਆਸਤ ਜ਼ਿਲ੍ਹਾ ਬਠਿੰਡਾ ਦੀ ਇੱਕ ਤਹਿਸੀਲ ਮਾਤਰ ਬਣ ਕੇ ਰਹਿ ਗਈ ਸੀ। ਇਸ ਨੂੰ ਜ਼ਿਲ੍ਹਾ ਬਣਾਉਣ ਲਈ ਆਲ ਪਾਰਟੀ ਸੰਘਰਸ਼ ਕਮੇਟੀ ਦੀ ਅਗਵਾਈ ਕੀਤੀ ਅਤੇ ਇਉਂ 1972 ਈਸਵੀ ਵਿੱਚ ਫਰੀਦਕੋਟ ਇੱਕ ਜ਼ਿਲ੍ਹਾ ਬਣ ਗਿਆ। ਆਪ ਦੀ ਸਹਿਯੋਗ ਅਗਵਾਈ ਅਤੇ ਦੂਰ ਅੰਦੇਸ਼ੀ ਦੇ ਸਦਕਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਫਰੀਦਕੋਟ ਵਿਖੇ ਲਿਆਂਦਾ ਗਿਆ। ਇਹ ਸਫਲਤਾ ਭਾਰੀ ਜੱਦੋ ਜਹਿਦ ਅਤੇ ਮਰਨ ਵਰਤ ਰੱਖਣ ਤੋਂ ਬਾਅਦ ਪ੍ਰਾਪਤ ਹੋਈ। 1969 ਈਸਵੀ ਵਿੱਚ ਟਿੱਲਾ ਬਾਬਾ ਫਰੀਦ ਨੂੰ ਇੱਕ ਦੁਰਾਚਾਰੀ ਮਹੰਤ ਦੇ ਕਬਜ਼ੇ ਤੋਂ ਮੁਕਤ ਕਰਵਾ ਕੇ ਫਰੀਦਕੋਟ ਸ਼ਹਿਰ ਦੇ ਕੁਝ ਪਤਵੰਤੇ ਸ਼ਹਿਰੀਆਂ ਦੀ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ। ਇਸੇ ਕਮੇਟੀ ਦੇ ਸਹਿਯੋਗ ਨਾਲ ਬਾਬਾ ਫਰੀਦ ਪਬਲਿਕ ਸਕੂਲ ਸ਼ੁਰੂ ਕੀਤਾ ਗਿਆ, ਜਿਸ ਵਿੱਚ ਹੁਣ ਲਗਭਗ 4,000 ਵਿਦਿਆਰਥੀ ਪੜ੍ਹਦੇ ਹਨ। ਇਸੇ ਤਰ੍ਹਾਂ ਇੱਕ ਬਾਬਾ ਫਰੀਦ ਲਾ ਕਾਲਜ ਵੀ ਆਰੰਭ ਕੀਤਾ ਗਿਆ। ਇਹ ਦੋਵੇਂ ਸੰਸਥਾਵਾਂ ਪੰਜਾਬ ਦੀਆਂ ਪ੍ਰਸਿੱਧ ਵਿਦਿਅਕ ਸੰਸਥਾਵਾਂ ਹਨ। ਸਰਦਾਰ ਖਾਲਸਾ ਨੇ ਬਾਬਾ ਫਰੀਦ ਜੀ ਦੇ ਫਰੀਦਕੋਟ ਵਿਖੇ ਆਗਮਨ ਦਿਵਸ ਨੂੰ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਧਾਰਮਿਕ ਮੇਲਾ ਬਣਾ ਦਿੱਤਾ ਹੈ। 23 ਸਤੰਬਰ ਨੂੰ ਦੇਸ਼ ਵਿਦੇਸ਼ ਵਿੱਚੋਂ ਲੱਖਾਂ ਸੰਗਤਾਂ ਫਰੀਦਕੋਟ ਵਿਖੇ ਪਹੁੰਚ ਕੇ ਬਾਬਾ ਫਰੀਦ ਜੀ ਨੂੰ ਅਕੀਦਤ ਦੇ ਫੁੱਲ ਭੇਟ ਕਰਦੀਆਂ ਹਨ। ਭਾਰਤੀ ਸਮਾਜ ਨੂੰ ਇਮਾਨਦਾਰੀ ਅਤੇ ਸੇਵਾ ਦਾ ਪਾਠ ਦ੍ਰਿੜ ਕਰਵਾਉਣ ਲਈ ਸਰਦਾਰ ਖਾਲਸਾ ਵੱਲੋਂ ਬਾਬਾ ਫਰੀਦ ਅਵਾਰਡ ਫਾਰ ਓਨੈਸਟੀ ਅਤੇ ਭਗਤ ਪੂਰਨ ਸਿੰਘ ਅਵਾਰਡ ਫਾਰ ਹਿਊਮੈਨਿਟੀ ਪ੍ਰਦਾਨ ਕੀਤੇ ਜਾਂਦੇ ਹਨ। ਇਹ ਦੋਵੇਂ ਅਵਾਰਡ 1-1 ਲੱਖ ਰੁਪਏ ਦੇ ਹੁੰਦੇ ਹਨ। ਬਹੁਤ ਸਾਰੇ IAS, IPS,
अफसर साहबान, वाइस चांसलर साहबान, सत्कारत संत महंत अते उगे जज साहबान आदिक ए वकारी पुरस्कार हासिल कर चुके हैं। सानू फरीदकोट निवासियों नू ए मान है कि बाबा फरीद सोसायटी के नाम से करोड़ों रुपए की जमीन जायदाद अते विद्यक अथवा धार्मिक संस्थावां हन। खालसा जी वालों खरीदी गई इस सारी जायदाद दियां 56 रजिस्ट्रियां हो चुकियां हन। पंजाब दे बहुत सारे शहरां अते कस्बियां विच आप नूं सन्मानित किया जा चुका है। ए डॉक्टर मधुपराज सर अवार्ड ऑफ एक्सीलेंस मैनू फिरोजपुर प्रदान किया गया। ए अवार्ड मैनू दिल्ली रिसर्चिंग ट्रस्ट विच श्रीमती शीला दीक्षित जी जो चीफ मिनिस्टर दिल्ली सन उन्होंने प्रदान किया। ए पंजाबी विरासत दे अवार्ड 2011 मैनू पंजाबी विरासत मंच लुधियाना ने प्रदान किया। ए अवार्ड मैनू दशहरा कमेटी फरीदकोट ने प्रदान किया। अवार्ड वेलकम क्लब साधक ने मैनू पदपूर्ण सिंह की याद में प्रदान किया। ये पुरस्कार मैनू इंटरनेशनल चैरिटेबल ट्रस्ट लुधियाना ने प्रदान किया। बाबा बुद्ध सिंह अवार्ड 2018 मैनू एलीमेंट्री स्कूल कुगियाना तो प्रदान किया। ये अवार्ड मैनू मोहन लाल पासकर फाउंडेशन फिरोजपुर ने प्रदान किया। आप पवित्र शहर फरीदकोट दे एक नायाब रतन हन। आप वर्गे पर उपकारी इंसान कदे कदाई ही जन्म लेंदे हन। खुदा के आशिक तो है हजारों बनू में फिरते मारे मारे, मैं तो उसका बंदा बनूंगा जिसको खुदा के बंदों से प्यार हो।